ਅਫਗਾਨ ਸਿੱਖ ਅਤੇ ਅਫਗਾਨਿਸਤਾਨ ਦੇ ਵਿੱਚ ਅੱਜ ਗੱਲ ਕਰਾਂਗੇ ਅਫਗਾਨਿਸਤਾਨ ਦੇ ਕੁਝ ਪ੍ਰਸਿੱਧ ਸ਼ਹਿਰ ਜਿੱਥੇ ਹਿੰਦੂ ਸਿੱਖ ਵੱਸਦੇ ਸਨ। ਕਾਬਲ। ਕਾਬਲ ਅਫਗਾਨਿਸਤਾਨ ਦੀ ਰਾਜਧਾਨੀ ਅਤੇ ਬਹੁਤ ਪੁਰਾਣਾ ਸ਼ਹਿਰ ਹੈ। ਕੁਦਰਤ ਵੱਲੋਂ ਇਹ ਸ਼ਹਿਰ ਇੱਕ ਸੋਹਣੀ ਆਬਾਦੀ ਵਿੱਚ ਸਥਾਪਿਤ ਹੈ। ਆਸ ਪਾਸ ਉੱਚੀਆਂ ਉੱਚੀਆਂ ਪਹਾੜੀਆਂ ਵਿੱਚ ਸ਼ੇਰ ਦਰਵਾਜ਼ਾ ਅਤੇ ਆਸਾਮਾਈ ਦੇ ਪਹਾੜਾਂ ਵਿੱਚ ਵਸਿਆ ਹੋਇਆ ਇੱਕ ਖੂਬਸੂਰਤ ਸ਼ਹਿਰ ਹੈ। ਕਾਬੁਲ ਤੋਂ ਚਾਰੇ ਪਾਸੇ ਲਈ ਰਸਤੇ ਨਿਕਲਦੇ ਹਨ। ਉੱਤਰ ਵੱਲੋਂ ਹਿੰਦੂ ਕੁਸ਼ ਤੇ ਆਮੂ ਦਰਿਆ ਉੱਤਰੀ ਖੇਤਰ, ਪੂਰਬ ਵੱਲੋਂ ਖੈਬਰ ਪਾਸ ਤੋਂ ਪਾਕਿਸਤਾਨ ਇੰਡੀਆ, ਦੱਖਣ ਵੱਲੋਂ ਗਜ਼ਨੀ ਕੰਧਾਰ ਤੋਂ ਪਾਕਿਸਤਾਨ ਅਤੇ ਸਮੁੰਦਰ, ਪੱਛਮ ਵੱਲੋਂ ਹੈਰਾਤ ਤੇ ਈਰਾਨ। ਤਾਰੀਖ ਵਿੱਚ ਕਾਬੁਲ ਸ਼ਹਿਰ ਦੀ ਬਹੁਤ ਮਹੱਤਤਾ ਸੈਂਟਰ ਵਿੱਚ ਹੋਣ ਕਾਰਨ ਰਹੀ ਹੈ। 19ਵੀਂ ਸਦੀ ਵਿੱਚ ਦੋ ਵਾਰੀ ਅੰਗਰੇਜ਼ਾਂ ਨੇ ਕਾਬੁਲ ਨੂੰ ਅਫਗਾਨ ਤੇ ਅੰਗਰੇਜ਼ਾਂ ਦੀ ਲੜਾਈ ਵਿੱਚ ਜਿੱਤਿਆ, ਜਿਸ ਵਿੱਚ ਸਿੱਖ ਫੌਜਾਂ ਨੇ ਵੀ ਹਿੱਸਾ ਪਾਇਆ, ਪਰ ਬਹੁਤ ਸਮੇਂ ਤੱਕ ਕਾਬਜ਼ ਨਾ ਰਹਿ ਸਕੇ। ਕਾਬੁਲ ਅਫਗਾਨਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਹੈ। 2 ਮਿਲੀਅਨ ਪਾਪੂਲੇਸ਼ਨ ਦੀ ਆਬਾਦੀ ਅਤੇ ਸਮੁੰਦਰ ਤੋਂ 6,000 ਫੁੱਟ ਦੀ ਉਚਾਈ 'ਤੇ ਹੈ। ਕਾਬੁਲ ਦਾ ਮੌਸਮ ਬਹੁਤ ਸੋਹਣਾ, ਸਰਦੀਆਂ ਵਿੱਚ ਠੰਡਾ ਬਰਫੀਲਾ ਅਤੇ ਗਰਮੀਆਂ ਵਿੱਚ ਖੁਸ਼ਗਵਾਰ ਅਤੇ ਖੁਸ਼ਕ ਰਹਿੰਦਾ ਹੈ। ਦਰਿਆਏ ਕਾਬੁਲ ਸ਼ਹਿਰ ਨੂੰ ਦੋ ਹਿੱਸੇ ਉੱਤਰ ਅਤੇ ਦੱਖਣ ਵਿੱਚ ਵੰਡਦਾ ਹੈ। ਕਾਬੁਲ ਦਾ ਪੁਰਾਣਾ ਸ਼ਹਿਰ ਦੱਖਣ ਵਿੱਚ ਹੈ, ਜੋ ਛੋਟੇ ਛੋਟੇ ਬਾਜ਼ਾਰਾਂ ਨਾਲ ਕਾਬੁਲ ਦੇ ਰਿਹਾਇਸ਼ੀ ਲੋਕਾਂ ਲਈ ਸਾਰੀਆਂ ਜ਼ਰੂਰੀ ਵਸਤੂਆਂ ਪੂਰੀਆਂ ਕਰਦਾ ਹੈ। ਕਾਬੁਲ ਦਾ ਉੱਤਰੀ ਹਿੱਸਾ ਨਵਾਂ ਅਤੇ ਮਾਡਰਨ ਬਣਿਆ ਹੋਇਆ ਹੈ, ਜੋ ਤਕਰੀਬਨ ਸਾਰੇ ਸਰਕਾਰੀ ਦਫ਼ਤਰ ਅਤੇ ਬਿਲਡਿੰਗਾਂ ਉੱਤਰੀ ਹਿੱਸੇ ਵਿੱਚ ਹਨ। ਪਰ ਅਫਸੋਸ ਹੈ, ਜੋ ਰੂਸ ਅਤੇ ਮੁਜਾਹਿਦਨਾਂ ਦੇ ਆਉਣ ਨਾਲ ਕਾਬੁਲ ਦਾ ਬਹੁਤ ਸਾਰਾ ਹਿੱਸਾ ਖਰਾਬ ਅਤੇ ਤਬਾਹ ਹੋ ਗਿਆ ਹੈ। ਖਾਸ ਕਰ ਪੁਰਾਣਾ ਸ਼ਹਿਰ, ਜਿੱਥੇ ਇੱਕ ਸਮੇਂ ਹਿੰਦੂ ਅਤੇ ਸਿੱਖਾਂ ਦੀ ਗਿਣਤੀ ਨਾਲ ਭਰਿਆ ਹੁੰਦਾ ਸੀ, ਤਾਂ ਬਹੁਤ ਹੀ ਬਰਬਾਦ ਹੋਇਆ ਹੈ। ਕਾਬੁਲ ਵਿੱਚ ਪੁਰਾਤਨ ਸਮੇਂ ਤੋਂ ਹਿੰਦੂ ਸਿੱਖ ਆਪਸ ਵਿੱਚ ਬਹੁਤ ਪਿਆਰ ਨਾਲ ਰਹਿੰਦੇ ਸਨ, ਜਿੱਥੇ 11 ਗੁਰਦੁਆਰੇ ਅਤੇ 7 ਮੰਦਰ ਹਨ, ਜਿਨ੍ਹਾਂ ਦਾ ਇਤਿਹਾਸ ਅਤੇ ਵੇਰਵਾ ਵੱਖਰੇ ਸਿਰਲੇਖ ਵਿੱਚ ਦਿੱਤਾ ਗਿਆ ਹੈ।